ਬਹੁਤ ਆਸਾਨ ਤਰੀਕੇ ਨਾਲ 65 HP ਦੇ ਆਰਾਮ ਨਾਲ ਚੱਲ ਰਿਹਾ ਜੀ ਠੀਕ ਹੈ ਵੀ 65 HP ਨੂੰ ਕੋਈ ਦਿੱਕਤ ਆਉਂਦੀ ਨਹੀਂ ਅਸੀਂ ਦਿਨ ਰਾਤ ਚਲਾ ਰਹੇ ਹਾਂ ਕੋਈ ਸਾਨੂੰ ਪ੍ਰੋਬਲਮ ਨਹੀਂ ਗ੍ਰੀਸ ਕਰਦੇ ਹਾਂ ਸੀਐਲ ਨਹੀਂ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ ਆਈ ਸਾਨੂੰ ਅਜ ਤੱਕ ਅੱਜ ਤੱਕ ਬ੍ਰੇਕਡਾਊਨ ਆਇਆ ਨਹੀਂ ਇਹ ਆ ਗੀਅਰ ਬਾਕਸ ਲਾਤਾ ਆਪਾਂ ਨੇ ਹੈਵੀ ਇਹ ਰਿਵਰਸ ਵੀ ਕਰਦਾ ਹੈ ਫੋਰਵਰਡ ਵੀ ਕਰਦਾ ਹੈ ਇੱਥੋਂ ਇੱਥੋਂ ਹੀ ਹਾਂ ਜੀ ਠੀਕ ਆਈਆਂ ਗੇਅਰ ਬਾਕਸ ਹਟਾ ਦਈਏ ਆਪਣੇ ਡਰੈਕਟਰੀ ਲਾਂ ਦੇ ਕਰਦੇ ਡਰੈਕਟਰੀ ਲਾਂ ਦੇ ਕਰਦੇ ਤਾਂ ਟਰੈਕਟਰ ਵਾਲਾ ਤੇਲ ਇਹਦੇ ਵਿੱਚ ਰਾਲਣ ਦੀ ਕੋਈ ਦਿੱਕਤ ਨਹੀਂ ਰਲਦਾ ਹੀ ਨਹੀਂ ਉਹ ਅਡਰ ਤਾਂ ਦੇ ਨਹੀਂ ਹੈਗਾ ਇਹ ਤਾਂ ਦਿੱਕਤ ਹੀ ਆਪਾਂ ਖਤਮ ਕਰਤੀ ਉਹਦੀ ਵੀਰੋ ਨਾਗਰੀ ਪਿੰਡ ਦੇ ਵਿੱਚ ਖੜੇ ਆਂ ਤੇ ਇੰਨੀ ਵੱਡੀ ਮੱਕੀ ਮੈਂ ਬਹੁਤ ਪਿਛਲੇ 2-3 ਸਾਲਾਂ ਤੋਂ ਮੱਕੀ ਦੇ ਖੇਤ ਵਿਜ਼ਿਟ ਕਰ ਰਹੇ ਆਂ ਤੇ ਆਪ ਵੀ ਲਾਉਂਦਿਆਂ ਨੂੰ ਕਾਫੀ ਸਾਲ ਹੋ ਗਏ ਸਾਡੇ 16-17 ਸਾਲ ਤੋਂ ਲੱਗ ਰਿਹਾ ਇੰਨਾ ਕੱਦ ਨਹੀਂ ਕਦੇ ਮੱਕੀ ਦਾ ਦੇਖਿਆ ਚਾਰ ਖੁੱਡਾਂ ਵਾਲੀ ਮਸ਼ੀਨ ਆ ਪੂਰੀ ਲੁੱਕ ਜਾਂਦੀ ਆ ਮੱਕੀ 'ਚ ਇਹਨਾਂ ਦੀ ਮੱਕੀ ਆ ਸਭ ਤੋਂ ਪਹਿਲਾਂ ਸੱਸੀ ਕਾਲ ਜੀ ਤੇ ਕਿੱਥ ਇਹ ਮਾਲਾ ਨੂੰ ਠੀਕ ਹੈ ਤੇ ਇੰਨਾ ਕੱਦ ਹੋ ਗਿਆ ਇਹਦਾ ਹੁਣ ਵੀ ਇਹ ਮਸ਼ੀਨ ਨਾਲ ਵੱਡੇ ਆ ਪਹਿਲਾਂ ਕਿਸੇ ਨੇ ਪਹਿਲਾਂ ਜਵਾਬ ਦੇ ਫਿਰ ਹੜੰਬਿਆਂ ਵਾਲਿਆਂ ਨੇ ਵੱਡੀ ਨਹੀਂ ਜਾਂ ਕੋਈ ਹੋਰ ਸਿੰਗਲ ਰੋਪ ਵਗੈਰਾ ਨੂੰ ਕੁਝ ਬਸ ਹੋ ਗਿਆ ਜਵਾਬ ਦੇ ਸਾਰੇ ਸਾਰੇ ਜਵਾਬ ਦੇਗੇ ਤੇ ਹੁਣ ਟੋਕਾ ਵਗੈਰਾ ਕਿਵੇਂ ਲੱਗ ਰਿਹਾ ਜੀ ਮਸ਼ੀਨ ਨਾਲ ਇੱਕ ਨੰਬਰ ਹੈ ਤੇ ਇਹਨਾਂ ਨੇ ਮਸ਼ੀਨ ਤਿਆਰ ਕੀਤੀ ਸਭ ਤੋਂ ਪਹਿਲਾਂ ਸੱਸੀ ਗਾਇ ਜੀ ਸੱਸੀ ਗਾਇ ਜੀ ਤੇ ਕੀ ਵੱਖਰੀ ਤਕਨੀਕ ਹੈ ਜਿਹਦੇ ਕਾਰਨ ਵੀ ਆਪਣੀ ਮਸ਼ੀਨ ਇੰਨੀ ਵੱਡੀ ਮੱਕੀ ਦੇ ਵਿੱਚ ਵੀ ਬਿਨਾਂ ਲੋੜ ਤੋਂ ਉਹ ਵੀ ਛੋਟੇ 75 ਕਿਚਪੀ ਦੇ ਟਰੈਕਟਰ ਤੇ ਚੱਲ ਰਹੀ ਹੈ ਨਹੀਂ 90 ਐਚਪੀ ਰਕਮੰਡ ਹੈ। ਚਲੋ ਤਾਂ ਮੈਂ ਸਾਰੇ ਕਿਸਾਨ ਵੀਰਾਂ ਨੂੰ ਸਸਤੀ ਕਰ ਬਣਾਉਣਾ ਜਿਹੜੇ ਆਪਣੀ ਵੀਡੀਓ ਦੇਖ ਰਹੇ ਨੇ YouTube ਚੈਨਲ ਤੇ ਸਾਰਿਆਂ ਦਾ ਧੰਨਵਾਦ ਕਰਦਾ। ਜਿਹੜੀ ਆਪਣੀਆਂ ਮਸ਼ੀਨਾਂ ਬਣਦੀਆਂ ਨੇ ਆਮ ਹਾਂਜੀ ਉਹਨਾਂ ਮਸ਼ੀਨਾਂ ਦੇ ਇੱਥੇ ਇੱਕ ਗੇਅਰ ਬਾਕਸ ਲੱਗਿਆ ਹੁੰਦਾ ਸੀ। ਠੀਕ ਹੈ। ਉਹਨੂੰ ਡੱਡੂ ਗੇਅਰ ਬਾਕਸ ਕਹਿੰਦੇ ਸੀ। ਹਾਂ ਡੱਡੂ ਗੇਅਰ ਕਹਿੰਦੇ ਨੇ ਉਹਨੂੰ। ਤੇ ਉਹਦੀ ਸੀਜ਼ਨ ਦੇ ਵਿੱਚ ਪ੍ਰੋਬਲਮ ਆਉਂਦੀ ਰਹਿੰਦੀ ਸੀਗੀ। ਉਹਦੇ ਅੰਬੈਰਿੰਗ ਦਾ ਸਪੇਸ ਸੀ ਜਿਹੜਾ ਬਹੁਤ ਘੱਟ ਹੁੰਦਾ ਸੀ। ਬ੍ਰੇਕਡਾਊਨ ਆਉਂਦਾ। ਬ੍ਰੇਕਡਾਊਨ ਆਉਂਦੀ ਰਹਿੰਦੀ ਸੀ ਮੰਨ ਕੇ ਚੱਲੋ ਵੀ ਸੀਜਨ 'ਚ 2 ਕਿਲੇ ਵੜਦੇ ਫਿਰ ਬ੍ਰੌਕਡਾਊਨ ਪੈਂਦੀ। ਫਿਰ ਖੜ ਗਿਆ। ਖੜ ਗਿਆ ਹਾਂ ਇਹ ਚੀਜ਼ ਆਉਂਦੀ ਸੀ ਆਪਾਂ ਨੇ ਉਹ ਚੀਜ਼ ਚੱਕਤੀ ਜਿੱਥੋਂ। ਠੀਕ ਹੈ। ਉਹ ਚੀਜ਼ ਚੱਕ ਕੇ ਆਪਾਂ ਨੇ ਇੱਕ ਗੇਅਰਬਾਕਸ ਲਾਤਾ। ਫਿਰ ਨੂੰ ਦਿਖਾਉਂਦਾ। ਗੇਅਰਬਾਕਸ ਦੂਸਰੀ ਪਰਲੇ ਛੜ ਲਾਇਆ। ਹਾਂ। ਉੱਥੋਂ ਗੇਅਰਬਾਕਸ ਹਟਾਤਾ ਆਪਾਂ ਨੇ। ਠੀਕ ਹੈ। ਉੱਥੋਂ ਲਿਆ ਕੇ ਗੇਅਰਬਾਕਸ ਆਪਾਂ ਇੱਥੇ ਲਿਆਂਦਾ। ਹਾਂਜੀ ਆਹ ਗੇਅਰਬਾਕਸ ਲ ਇਥੋਂ ਇਥੋਂ ਹੀ ਹਾਂਜੀ ਠੀਕ ਹੈ ਵੀ ਟਰੈਕਟਰ ਜਿਹੜੇ ਟਰੈਕਟਰਾਂ ਦੇ ਆਪਣਾ ਮੰਨ ਲੈ ਵੀ ਰਿਵਰਸ ਦੀ ਫਾਰਵਰਡ ਦੀ ਆਪਸ਼ਨ ਹੈਗੀ ਉਹਨਾਂ ਨੂੰ ਵੀ ਵਧੀਆ ਸ਼ਾਂਤ ਤਰੀਕੇ ਲਈ ਆਪਾਂ ਕੰਮ ਕਰ ਦਾਂਗੇ ਠੀਕ ਹੈ ਵੀ ਜਿਨ੍ਹਾਂ ਦੇ ਰਿਵਰਸ ਪੀਟੀ ਆਉਂਦਾ ਨਹੀਂ ਹਾਂ ਉਹਨੂੰ ਵੀ ਇਹ ਸ਼ਾਂਤ ਤਰੀਕੇ ਨਾਲ ਇਥੋਂ ਕੁਛ ਮਰਜ਼ੀ ਕਰ ਲੋ ਰਿਵਰਸ ਕਰ ਲੋ ਜਾਂ ਫਾਰਵਰਡ ਕਰ ਲੋ ਉਹਨੂੰ ਠੀਕ ਹੈ ਵੀ ਜੇ ਕਈ ਵਾਰੀ ਚੋਕਿੰਗ ਵਗੈਰਾ ਦੀ ਸਮੱਸਿਆ ਆਉਂਦੀ ਆ ਸਮੱਸਿਆ ਆਉਂਦੀ ਇਹ ਤਾਂ ਆਪਣਾ ਜੀ ਸਾਰਾ ਗੇਅਰ ਆ ਜਿਹੜਾ ਇਹ ਸੀਐਲ ਦੇ ਵਿੱਚ ਚੱਲਦਾ ਜੀ ਠੀਕ ਹੈ ਸਾਰਾ ਆਇਲ ਦੇ ਵਿੱਚ ਜਾਂਦਾ ਗ੍ਰੀਸ ਵਾਲਾ ਨਹੀਂ ਹੈ ਗ੍ਰੀਸ ਵਾਲਾ ਨਹੀਂ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਆਮ ਮਸ਼ੀਨਾਂ ਜਿਹੜਾ ਆਪਣਾ ਗੇਅਰ ਬਾਕਸ ਹੈ ਇਹ ਦੋਨੋਂ ਸੀਲ ਦੇ ਵਿੱਚ ਹੋਗੇ ਹਾਂਜੀ ਹਾਂ ਉਸ ਤੋਂ ਬਾਅਦ ਇਹ ਇੱਥੋਂ ਡਰਾਈਵ ਲੈ ਕੇ ਆਪਾਂ ਨੇ ਆ ਸਾਰੀਆਂ ਆਪਾਂ ਰੀਲਾਂ ਨੂੰ ਚੱਕਰ ਦੱਤੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਆ ਸਾਰਾ ਆਪਣਾ ਗੇਅਰ ਆ ਚੱਲਦਾਗਾ ਜਿਹੜਾ ਆ ਗੇਅਰ ਬਾਕਸ ਹੈ ਇਹ ਵੀ ਆਪਣਾ ਸੀਲ ਤੇ ਚੱਲਦਾ ਜਿੰ ਮਤਲ ਜਿੰਨੇ ਵੀ ਇਹਦੇ ਵਿੱਚ ਗੇਅਰ ਬਾਕਸ ਨੇ ਸਾਰੇ ਸੀਲਾਂ ਦੇ ਵਿੱਚ ਸਾਰੇ ਸੀਲ ਦੇ ਵਿੱਚ ਚੱਲਦੇ ਜਿਹੜੀਆਂ ਆਪਣੀਆਂ ਆਮ ਮਸ਼ੀਨਾਂ ਦੇ ਇੱਥੇ ਗੇਅਰ ਬਾਕਸ ਹੁੰਦੇ ਨੇ ਰੀਲਾਂ ਦੇ ਉੱਪਰ ਹੂੰ ਹੂੰ ਉਹਨਾਂ ਦੀ ਇੱਕ ਆਵਾਜ਼ ਬਹੁਤ ਜ਼ਿਆਦਾ ਆਉਂਦੀ ਹੁੰਦੀ ਹੈ ਹਾਂ ਖੜਕਾ ਬਹੁਤ ਜ਼ਿਆਦਾ ਖੜਕਾ ਬਹੁਤ ਜ਼ਿਆਦਾ ਕਰਦੇ ਨੇ ਇੱਕ ਬ੍ਰੇ ਇਹ ਫਿਰ ਡਾਇਰੈਕਟ ਹਾਂਜੀ ਹਾਂ ਗੀਅਰ ਬਾਕਸ ਹਟਾ ਦਈਏ ਆਪਾਂ ਨੇ ਡਾਇਰੈਕਟ ਟ੍ਰੇਲਰਾਂ ਤੇ ਕਰਦੇ ਡਾਇਰੈਕਟ ਟ੍ਰੇਲਰਾਂ ਤੇ ਕਰਦੇ ਠੀਕ ਹੈ ਇਹਦੇ ਵਿੱਚ ਕੋਈ ਵੀ ਗੀਅਰ ਬਾਕਸ ਕੋਈ ਪ੍ਰੋਬਲਮ ਨਹੀਂ ਆਉਂਦੀ ਸੀਜ਼ਨ ਦੇ ਵਿੱਚ ਹਮ ਕਿੰਨੀ ਮਰਜ਼ੀ ਦਿਨ ਦੇ ਵਿੱਚ ਘਟੂ ਘਟਾ ਕੰਪੈਸਟੀਅਰ ਤੋਂ 10 ਗਿਲੀਆਂ ਦੀ ਕੰਪੈਸਟੀਅ ਇਹਦੀ ਵਧਣ ਦੀ ਠੀਕ ਹੈ 8 ਤੋਂ 10 ਕਹਿੰਦੇ ਹੋ ਤੁਸੀਂ ਸਾਸ ਕਿਲੇ ਆਣ ਕੰਪੈਸਟੀ ਨੇ ਵਧੀਆ ਵੱਢਦੀ ਕਿੰਨੀ ਮਰਜ਼ੀ ਵੱਡੀ ਬੱਕੀ ਹੋ ਬਈ ਆਪਣੀ ਤੇ ਬਾਕੀ ਬਲੇਡ ਤਿੱਖੇ ਕਰਨ ਨੂੰ ਪੱਥਰ ਵਗੈਰਾ ਹਾਂ ਸੈਨ ਪੱਥਰਾ ਲੱਗਿਆ ਬਈ ਜਿੰਨੇ ਮਰਜ਼ੀ ਬਲੇਡ ਤੁਸੀਂ ਤਿੱਖੇ ਕਰੋ ਹਮ ਇੱਕ ਵਾਰੀ 5 ਤੋਂ 6 ਕਿੱਲੇ ਬਲੇਡ ਆਉਣ ਵਧੀਆ ਵੱਢਦੇ ਨੇ ਜਿਵੇਂ ਹੁਣ 75 HP ਤੇ ਚੱਲਦੀ ਚੱਲ ਰਹੀ ਹੈ ਘੱਟੋ ਘੱਟ ਕਿੰਨੇ HP ਤੇ ਰეკਮੈਂਡ ਕਰਦੇ ਹੋ ਇਹ ਜੀ ਹੁਣ ਆਮ ਤਾਂ ਟਰੈਕਟਰ ਜੀ 65 HP ਦੀ ਚਲਾ ਰਹੇ ਨੇ ਠੀਕ ਹੈ 65 ਤੇ ਵੀ ਹੋ ਜਾਂਦਾ ਹੈ 75 ਤੇ ਵੀ ਹੋ ਜਾਂਦਾ ਹੈ ਹਾਂ ਇਹ ਸੀਆਰਡੀਆ ਇਹ ਤਿੰਨ ਮੋਡਾਂ ਦੇ ਆਪਣੇ ਅਰਜਨੋ ਹੈ 75 ਦਾ ਹੂੰ ਹੂੰ ਇਹ ਬਹੁਤ ਆਸਾਨ ਤਰੀਕੇ ਨਾਲ 65 ਐਚਪੀ ਦੇ ਆਰਾਮ ਨਾਲ ਚੱਲ ਰਿਹਾ ਜੀ ਠੀਕ ਹੈ ਵੀ 65 ਐਚਪੀ ਨੂੰ ਕੋਈ ਦਿੱਕਤ ਆਉਂਦੀ ਨਹੀਂ ਕੋਈ ਦਿੱਕਤ ਨਹੀਂ ਆ ਰਹੀ ਤੇ ਟੋਕਰੀ ਵਗੈਰਾ ਸਾਰਾ ਕੁਝ ਆਪਣਾ ਕੰਪਲੀਟ ਪੈਕੇਜ ਟੋਕਰੀ ਜਿਹੜੇ ਕਿਸਾਨ ਨੂੰ ਟੋਕਰੀ ਲੋਡ ਆ ਆਪਾਂ ਟੋਕਰੀ ਲਗਾ ਕੇ ਦੇਵਾਂਗੇ ਜੀ ਜਿਹੜੇ ਕਿਸਾਨ ਨੂੰ ਸਟੇering ਦੀ ਲੋਡ ਆ ਬੈਕ ਸਾਈਡ ਦੀ ਆਪਾਂ ਇਹ ਲਗਾ ਕੇ ਦੇਵਾਂਗੇ ਜੇ ਕਿਸੇ ਇਕੱਲੇ ਕਿਸਾਨ ਨੂੰ ਮਸ਼ੀਨ ਦੀ ਵੀ ਲੋਡ ਆ ਤਾਂ ਮਸ਼ੀਨ ਦੇਵਾਂਗੇ ਤੇ ਬਾਕੀ ਵੀਰੋ ਮਸ਼ੀਨ ਚੱਲਦੀ ਦੇਖ ਸਕਦੇ ਹੋ ਤੁਸੀਂ ਚੱ ਕਿੰਨੇ ਸੋਹਣੇ ਤਰੀਕੇ ਦੇ ਨਾਲ ਵੱਢ ਰਹੀ ਆ ਤੇ ਇਹ ਕਿਸਾਨ ਵੀਰ ਜਿਨ੍ਹਾਂ ਨੇ ਮਸ਼ੀਨ ਲਈ ਆ ਉਹਨਾਂ ਦੇ ਨਾਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸ਼ਸ਼ੀ ਗਾਲ ਵੀਰੇ ਸ਼ੀ ਗਾਲ ਤੇ ਕਿੰਨਾ ਪਹਿਲੀ ਵਾਰ ਹੀ ਲਿਆ ਬਾਈ ਪਹਿਲੀ ਵਾਰ ਜੀ ਪਹਿਲਾਂ ਵੀ ਕੋਈ ਚਾਰ ਖੁੱਡਾਂ ਨਹੀਂ ਚਲਾਉਂਦੇ ਰਹੇ ਨਹੀਂ ਪਹਿਲਾਂ ਆਪਾਂ ਕੋਈ ਨਹੀਂ ਚਲਾਈ ਪਹਿਲੀ ਵਾਰ ਮਸ਼ੀਨ ਲਈਤੀ ਆ ਤੇ ਕਿਵੇਂ ਲੱਗਿਆ ਤਾਂ ਤਜਰਬਾ ਤੁਹਾਨੂੰ ਤਜਰਬਾ ਬਹੁਤ ਵਧੀਆ ਵੀਰੇ ਸਰ ਨਾਲ ਬੜੀ ਆਸਾਨ ਸੀ ਜਦੋਂ ਸਾਡਾ ਟਰੈਕਟਰ ਸਾਡਾ ਆਸਾਨ ਚੱਲ ਰਿਹਾ ਹੂੰ ਸਾਡੇ 65 HP ਦੇ ਚੱਲ ਰਿਹਾ ਹੈ ਟਰੈਕਟਰ ਨਾਰਮਲ ਤੇ ਬਾਕੀ ਦੀ ਮਸ਼ੀਨ ਦੀ ਸਾਰੀ A to Z ਸਾਰੀ ਕਲੀਅਰ ਆ ਟੋਕਾ ਬਹੁਤ ਵਧੀਆ ਹੂੰ ਸਭ ਨਾਲ ਵੱਡੀ ਸਾਨ ਦੀ ਗੱਲ ਆ ਆ ਚੀਜ਼ ਦੀ ਇਹ ਦਾ ਜੇ ਆਪਾਂ ਨੇ ਕੋਈ ਦੇੜੀ ਦਾ ਕੰਮ ਕਰਨਾ ਸਾਰਾ ਕਰਨਾ ਆਪਾਂ ਨੂੰ ਸਾਨੀ ਨਾਲ ਪਿੱਛੇ ਹਟਾ ਸਕਦੇ ਆ ਸਿਰਫ 10 10 ਮਿੰਟਾਂ ਦਾ ਕੰਮ ਹੂੰ ਚਾਰ ਨਟ ਨੇ ਚਾਰ ਨਟ ਨੇ ਦੇ ਦੋ ਉਧਰ ਨੇ ਦੋ ਉਧਰ ਨੇ ਠੀਕ ਹੈ ਦੇੜੀ ਮਰਜ਼ੀ ਤੱਕ ਹੀ ਕਰ ਲੋ ਹੂੰ ਸਭ ਨਾਲ ਸਾਨੀ ਦਾ ਇਹ ਵਧੀਆ ਚੀਜ਼ ਆ ਇਹਦੀ ਤੇ ਬਾਕੀ ਇੱਕ ਚਾਰ ਖੁੱਡਾਂ ਵਾਲੀ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਵੀ ਇਹ ਪੰਜ ਚਾਰ ਕਿਲੇ ਕੱਢ ਕੇ ਦਿਨ ਚ ਇੱਕ ਦੋ ਵਾਰੀ ਤਾਂ ਇਹਨੇ ਖੜਨਾ ਹੀ ਖੜਨਾ ਹੁੰਦਾ ਨਹੀਂ ਵੀਰੇ ਕੋਈ ਪ੍ਰੋਬਲਮ ਨਹੀਂ ਵੀ ਇਹਦੇ ਬ੍ਰੇਕਡਾਊਨ ਨਹੀਂ ਅਸੀਂ ਦਿਨ ਰਾਤ ਚਲਾ ਰਹੇ ਹਾਂਗੇ ਹੂੰ ਕੋਈ ਸਾਨੂੰ ਪ੍ਰੋਬਲਮ ਨਹੀਂ ਗਰੀਸ ਕਰਦੇ ਆ ਠੀਕ ਆ ਸੀਐਲ ਨਹੀਂ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ ਆਈ ਸਾਨੂੰ ਅਜ ਤੱਕ ਅੱਜ ਤੱਕ ਬ੍ਰੇਕਡਾਊਨ ਆਇਆ ਨਹੀਂ ਕੋਈ ਨਹੀਂ ਕੋਈ ਮੇਜਰ ਹੈ ਜੀ ਕੋਈ ਪ੍ਰੋਬਲਮ ਨਹੀਂ ਸਾਨੂੰ ਆਈ ਜੇ ਮਾਡਲ ਆਉਂਦਾ ਤਾਂ ਕੰਪਨੀ ਦੀ ਸਰਵਿਸ ਹਾਂ ਸਰਵਿਸ ਓਕੇ ਆ ਵੀਰੇ ਆਉਂਦੇ ਨੇ ਆਉਂਦੇ ਨੇ ਜੀ ਜਦੋਂ ਮਰਜ਼ੀ ਬੁਲਾ ਲਓ ਬਾਕੀ ਜੇ ਗੱਲ ਕਰੀਏ ਟੋਕੇ ਵਗੈਰਾ ਦੀ ਉਹ ਤਾਂ ਤੁਸੀਂ ਦੱਸ ਹੀ ਚੁੱਕੇ ਹੋ ਹਾਂਜੀ ਤੇ ਹੋਰ ਜਿਵੇਂ ਗੱਲ ਕਰੀਏ ਟੈਕਨੀਕਲੀ ਵੀ ਇਹ ਚੱਲਣ ਦੇ ਵਿੱਚ ਸਾਨੂੰ ਕੰਮ ਮਿਲੀਆਂ ਦਾ ਵਧੀਆ ਕੰਮ ਵਧੀਆ ਮਿਲਦਾ ਵੀਰੇ ਵੀ ਟੋਕਾ ਦੇਖ ਕੇ ਟੋਕਾ ਦੇਖ ਕੇ ਆਪਾਂ ਨੂੰ ਕੰਮ ਮਿਲਦਾ ਹਮ ਉਹ ਸਾਰਨਾ ਵੱਡੀ ਟੋਕੇ ਦੀ ਹੁੰਦੀ ਆ ਤੇ ਲੋਡ ਕਿੰਨਾ ਕ ਰਹਿਦਾ ਟਰੈਕਟਰ ਤੇ ਟਰੈਕਟਰ ਤੇ ਲੋਡ ਨਾਰਮਲ ਰਹਿੰਦਾ ਵੀਰੇ ਕੋਈ ਜਿਆਦਾ ਨਹੀਂ ਦਿੰਦਾ ਤੇ ਤਿੰਨ ਮੋੜਾਂ ਵਾਲਾ ਇਹ ਤਿੰਨ ਮੋੜਾਂ ਵਾਲਾ ਕਿਹੜੇ ਚ ਚਲਾਉਣੇ ਉਹਨੂੰ ਅਸੀਂ ਵਿਚਾਲੇ ਮੋੜ ਤੇ ਚਲਾਉਣਾ ਜਿੱਥੇ ਇੱਕੋ ਤੇ 65 HP ਦੇ 65 HP ਦੇ 65 HP ਤੇ ਜੇ ਗਿੱਲਾ ਆਉਂਦਾ ਹਮ ਮੰਨ ਲਓ ਨਾਰਮਲ ਗਿੱਲਾ ਆ ਗਿਆ ਫਿਰ ਕੱਲ ਅਸੀਂ 4x4 ਲਾਉਣੇ ਚਲਾਉਣੇ ਉੱਥੀਆਂ ਠੀਕ ਆ ਜਿਵੇਂ ਇਹਦੇ ਵਿੱਚ ਕਿੰਨੇ ਐਚਪੀ ਤੇ ਚੱਲਦੀ ਦੀ ਇੰਨੀ ਹੁਣ ਇਸ ਟਾਈਮ ਮੰਨ ਲਓ ਵੀ ਜਿਵੇਂ ਜਿਹੜੇ ਸਾਹ ਨਾਲ 12 ਫੁੱਟ ਦਾ ਇਹਦਾ ਕਾਦਾ ਮੱਕੀ ਦਾ ਹੁਣ ਅਸੀਂ 4x4 ਲਾਇਆ ਹੋਇਆ ਚੱਲ ਪੋਹੀ 60 ਐਚਪੀ ਦੇ ਰਿਹਾ ਚੱਲ ਪੈਂਡੇ ਚ ਵੀ ਦੇ ਰਿਹਾ ਠੀਕ ਆ ਵੀ ਕੋਈ ਵੱਡੀ ਦਿੱਕਤ ਕੋਈ ਨਹੀਂ ਨਹੀਂ ਕੋਈ ਦਿੱਕਤ ਨਹੀਂ ਵੀਰੇ ਜਿਹੜੀ ਵੱਡੀ ਮਸ਼ੀਨ ਚ ਸਮੱਸਿਆ ਹੁੰਦੀ ਹੈ ਇਹ ਚ 4 ਘੁੱਡਾਂ ਵਾਲੀ ਚ ਸਭ ਤੋਂ ਵੱਡੀ ਸਮੱਸਿਆ ਬ੍ਰੇਕ ਡਾਊਨ ਦੀ ਹੈ ਨਹੀਂ ਬ੍ਰੇਕ ਡਾਊਨ ਕੋਈ ਇਸ ਟਾਈਮ ਸਾਨੂੰ ਤਾਂ ਮੇਜਰ ਵੈਸੇ ਕੋਈ ਆਈ ਨਹੀਂ ਹਮ ਇਹ ਹੀ ਜੀ ਕੋਈ ਗੱਲ ਨਹੀਂ ਹੈਗੀ ਕੋਈ ਇਸੇ ਤਰ੍ਹਾਂ ਕੋਈ ਤਕਲੀਫ ਨਹੀਂ ਆਰਾਮ ਨਾਲ ਚੱਲ ਰਿਹਾ ਤੇ ਬਾਈ ਜੇ ਗੱਲ ਕਰੀਏ ਡੀਜ਼ਲ ਦਾ ਬਾਈ ਮੰਨ ਕੇ ਚੱਲੋ ਵੀ 13 ਲੀਟਰ 14 ਲੀਟਰ 13 ਲੀਟਰ 14 ਲੀਟਰ ਐਵਰੇਜ ਗੱਡੀ ਐਵਰੇਜ ਜੀ ਆਪਾਂ ਨੇ ਜਿਹੜੀ ਸਾਰੀ ਮਸ਼ੀਨ ਆ ਇਹ ਫੁੱਲ ਕਵਰ ਕਰੀ ਹੈ ਜੀ ਕੋਈ ਵੀ ਬੈਲਟ ਇਹਦੇ ਮੰਨ ਕੇ ਚੱਲੋ ਵੀ ਕਿਸੇ ਵੀ ਤਰ੍ਹਾਂ ਦੀ ਆ ਦੇਖੋ ਨੰਗੀ ਨਹੀਂ ਛਿੱਡੀ ਨੰਗੀ ਨਹੀਂ ਸਾਰੀ ਮਸ਼ੀਨਾਂ ਦਾ ਕਵਰ ਫੁੱਲ ਕਵਰ ਕਰੀ ਫੁੱਲ ਸੇਫਟੀ ਹੈ ਚਾਰੇ ਪਾਸੇ ਫੁੱਲ ਸੇਫਟੀ ਹੈ ਤੇ ਨੰਬਰ 2 ਤੇ ਆਪਣਾ ਜਿਹੜਾ ਹਾਈਡਰੌਲਿਕ ਸਿਸਟਮ ਆ ਜੀ ਆਪਾਂ ਨੇ ਹਮ ਇੱਥੋਂ ਮਸ਼ੀਨ ਤੋਂ ਲਾਈਏ ਟਰੈਕਟਰ ਤੋਂ ਹਟਾਤਾ ਆਪਾਂ ਨੇ ਟਰੈਕਟਰ ਨਾਲ ਕੋਈ ਲਿੰਕ ਨਹੀਂ ਕਰਿਆ ਇਹਦਾ ਆਪਾਂ ਨੇ ਹਾਈਡਰੋਲਿਕ ਤੇਲ ਹੈ ਇਹ ਮਸ਼ੀਨ ਦੇ ਵਿੱਚ ਲੱਗ ਜੀ। ਮਸ਼ੀਨ ਦੇ ਆਹ ਟੈਂਕ ਬਣਾਇਆ ਆਪਾਂ ਨੇ ਹਾਈਡਰੋਲਿਕ ਔਇਲ ਹੈ ਟੈਂਕ ਇਹ। ਨਹੀਂ ਜਿਹੜਾ ਇੱਥੋਂ ਟਰੈਕਟਰ ਦਾ ਆਉਣਾ ਉਥੇ ਉਹ ਹਟਾਤਾ ਹੀ ਆਪਾਂ ਨੇ। ਠੀਕ ਹੈ ਵੀ ਉਹ ਵੀ ਕੋਈ ਚੱਕਰ ਨਹੀਂ ਵੀ ਟਰੈਕਟਰ ਦਾ ਤੇਲ ਗੰਦਾ ਹੋਊਗਾ ਜਾਂ ਨਹੀਂ। ਹਾਂ ਹਾਂ ਉਹ ਕਹਿੰਦੇ ਨੇ ਜੇ ਕਿਸਾਨ ਭਰਾ ਕਹਿੰਦੇ ਨੇ ਵੀ ਆਪਣੀ ਤੇਲ ਦੀ ਖਰਾਬੀ ਹੋਊਗੀ ਸਿਸਟਮ ਬਰਾ। ਜਿਵੇਂ ਨਵਾਂ ਟਰੈਕਟਰ ਬਹਿਮ ਕਰਦੇ ਕਈ ਵਾਰੀ ਬੰਦਾ। ਹਾਂ ਉਹ ਆਪਾਂ ਨੇ ਹਟਾਤਾ ਉਹਦੇ ਵਾਸਤੇ ਕੀ ਕਰਾਈ ਆਪਾਂ ਨੇ ਇੱਕ। ਹੂੰ ਇਹ ਫਿਰ ਆਪਦੇ ਤੇਲ ਨਾਲ ਹੀ ਚੱਲੀ ਜਾਣੀ। ਹਾਂ ਇਹ ਹਾਈਡ ਇੱਥੋਂ ਆਪਾਂ ਨੇ ਇੱਕ ਹਾਈਡਰੌਲਿਕ ਵਾਲਾ ਪੰਪ ਲਾਇਆ ਠੀਕ ਹੈ ਇੱਥੋਂ ਤੇਲ ਲੈ ਕੇ ਆਹ ਪੰਪ ਸਪਲਾਈ ਦਿੰਦਾ ਸਿੱਧਾ ਡਿਸਟ੍ਰੀਬਿਊਟਰ ਤੋਂ ਠੀਕ ਆ ਡਿਸਟ੍ਰੀਬਿਊਟਰ ਲਾ ਆਪਣੇ ਆਪ ਹੀ ਪਾਵਰ ਮਿਲ ਜਾਣੀ ਆ ਹਾਂ ਇਹ ਇਸ ਤੋਂ ਬਾਅਦ ਆਪਾਂ ਨੂੰ ਮੋਟਰ ਬੋਮ ਤੇ ਸਾਰੇ ਦੇ ਸਾਰਾ ਇਹ ਨਾਲ ਦੀ ਨਾਲ ਹਾਈਡਰੋਲਿਕ ਕਰੂਗਾ ਕਿੱਥੋਂ ਦੇਊਗਾ ਇਹ ਵੀ ਸਿਸਟਮ ਬਹੁਤ ਸੋਹਣਾ ਦੇ ਤਾਂ ਟਰੈਕਟਰ ਦੇ ਤੁਸੀਂ ਦੇਖ ਸਕਦੇ ਕੋਈ ਵੀ ਵਾਲਵ ਯੂਜ਼ ਨਹੀਂ ਕੀਤਾ ਹਾਂ ਹਾਂ ਉਹ ਸਾਰਾ ਹਟਾਤਾ ਹੀ ਆਪਾਂ ਨੇ ਠੀਕ ਹੈ ਸਿਰਫ ਮਸ਼ੀਨ ਦੇ ਉੱਤੇ ਕਰਤਾ ਆਪਾਂ ਨੇ ਲੱਗ ਲੱਗਾ ਟਰੈਕਟਰ ਵਾਲਾ ਤੇਲ ਇਹਦੇ ਵਿੱਚ ਰਲਣ ਦੀ ਕੋਈ ਦਿੱਕਤ ਨਹੀਂ ਰਲਦਾ ਹੀ ਨਹੀਂ ਉਹ ਆਰਡਰ ਰਲਦੇ ਨਹੀਂ ਹੈਗਾ ਇਹ ਤਾਂ ਦਿੱਕਤ ਹੀ ਆਪਾਂ ਖਤਮ ਕਰਤੀ ਉਹਦੀ ਠੀਕ ਹੈ ਕਿੰਨਾ ਤੇਲ ਪੈਂਦਾ ਬਾਈ ਇਹ ਚ ਇਹਦੇ ਵਿੱਚ 5 ਲੀਟਰ ਪੈਂਦਾ ਜੀ ਠੀਕ ਹੈ ਇਹਦੀ ਕੋਈ ਮੇਨਟੇਨੈਂਸ ਵ ਕੋਈ ਨਹੀਂ ਦਿੱਕਤ ਨਹੀਂ ਕੁਝ ਵੀ ਨਹੀਂ ਹੈਗਾ ਜੀ ਠੀਕ ਹੈ ਦੋਨੋਂ ਤਿੰਨ ਤਿੰਨੇ ਜਾ ਕੇ ਕਿੰਨੀ ਚੀਜ਼ ਦਿੱਤਾ ਜੇ ਇੱਕ ਚੱਲਦੇ ਨਹੀਂ ਇਹਦੇ ਨਾਲ ਇਹਦੇ ਤੀ ਚੱਲਦੇ ਨਹੀਂ ਹਾਂਜੀ ਹਾਂ ਉਸ ਤੋਂ ਬਾਅਦ ਜੀ ਆਪਣਾ ਜਿਹੜਾ ਆ ਮਸ਼ੀਨਾਂ ਦੇ ਔਰ ਬੜੀ ਪ੍ਰੋਬਲਮ ਹੈ ਜੀ ਕਹ ਲੂੰ ਆਪਾਂ ਨੂੰ ਕੋਈ ਚੀਜ਼ ਦੇਖਣੀ ਆ ਆਪਾਂ ਨੇ ਚਲਦੀ ਆ ਦੋ ਨਾਟ ਖੋਲੋ ਆ ਕਵਰ ਨੂੰ ਤਾਂ ਹਾਂ ਚੱਕੋ ਸਾਫ ਨਜ਼ਾਨ ਤਰੀਕੇ ਦੇ ਨਾਲ ਕੁਝ ਵੀ ਦੇਖ ਸਕਦੇ ਹਾਂ ਸਾਰਾ ਵਿੱਚੋਂ ਕਟਰ ਆਪਾਂ ਨੂੰ ਵਿਜੀਬਲ ਹੋਊਗਾ ਬਿਲਕੁਲ ਦੇਖੂਗਾ ਠੀਕ ਹੈ ਉਸ ਤੋਂ ਬਾਅਦ ਦੋ ਨਾਟ ਲਾਓ ਬਿਲਕੁਲ ਸਹੀ ਹੈ ਉਸ ਤੋਂ ਬਾਅਦ ਜਿਹੜੇ ਆਪਣੇ ਆ ਮਸ਼ੀਨ ਦੇ ਬਲੇਡ ਨੇ ਜੀ ਐਸਐਸ ਕੰਪਨੀ ਦੇ ਲਾਇਆ ਨੇ ਵਧੀਆ ਮ ਹਾਂ ਜੀ ਹਾਂ ਤੇ ਇੱਕ ਆਪਾਂ ਕਿੰਨੇ ਚਿਰ ਦੀ ਜ਼ਿੰਮੇਵਾਰੀ ਲੈਣੇ ਆ ਮਸ਼ੀਨ ਦੀ ਗਾਰੰਟੀ ਇੱਕ ਸੀਜ਼ਨ ਦੀ ਆਪਣੀ ਗਾਰੰਟੀ ਜੀ ਠੀਕ ਹੈ ਇੱਕ ਸੀਜ਼ਨ ਦੇ ਵਿੱਚ ਕੁਝ ਵੀ ਹੁੰਦਾ ਹਾਂ ਇਹ ਫੁੱਲ ਜ਼ਿੰਮੇਵਾਰੀ ਹੈ ਤੁਹਾਡੀ ਹਾਂ ਫੁੱਲ ਜ਼ਿੰਮੇਵਾਰੀ ਆਪਣੀ ਠੀਕ ਹੈ ਤੇ ਇਸ ਤੋਂ ਬਾਅਦ ਕੋਈ ਵੀ ਕਿਸਾਨ ਭਰਾ ਆਪਾਂ ਤੋਂ ਮਸ਼ੀਨ ਅਗਲੇ ਸੀਜ਼ਨ ਦੇ ਲਈ ਖਰੀਦਣਾ ਚਾਹੁੰਦਾ ਹੈ ਤਾਂ ਆਪਣੇ ਲਾਵੇ ਅੱਜ ਆਪਣੇ ਲਾਵੇ 10-12 ਆਰਡਰ ਹੋ ਚੁੱਕੇ ਨੇਗੇ ਠੀਕ ਹੈ ਤਾਂ ਉਸ ਕ੍ਰੈਡਿਟ ਨੰਬਰ ਦੇ ਦਿੱਤਾ ਹਾਂ ਆਪਾਂ ਨੂੰ 25% ਪੇਮੈਂਟ ਜਮ੍ਹਾਂ ਕਰਵਾ ਕੇ ਤਾਂ ਆਪਾਂ ਉਹਨਾਂ ਨੂੰ ਅਗਲੇ ਸੀਜ਼ਨ ਦੇ ਵਿੱਚ ਮਸ਼ੀਨ ਤਿਆਰ ਕਰਕੇ ਦੇ ਸਕਦੇ ਹਾਂ ਠੀਕ ਹੈ ਵੀ ਅੱਜ ਜੇ ਕਿਸੇ ਨੇ ਬੁੱਕ ਕਰਾਉਣੀ ਹੈ ਤਾਂ 25% ਪੇਮੈਂਟ ਪੇਮੈਂਟ ਦਾ ਹਿੱਸਾ ਦੇ ਕੇ ਦੇ ਕੇ ਉਹ ਤਿਆਰ ਕਰ ਸਕਦੇ ਆ ਆਪਾਂ ਜਦੋਂ ਆਪਾਂ ਨੂੰ ਮਸ਼ੀਨ ਲੈ ਕੇ ਜਾਊਗਾ ਪੂਰੀ ਪੇਮੈਂਟ ਦੇ ਕੇ ਆਪਾਂ ਮਸ਼ੀਨ ਦੇ ਦਿਓ ਤੇ ਜਿਹੜੀ ਇਹ ਟਰੈਕਟਰ ਤੇ ਫਿਟਿੰਗ ਵਗੈਰਾ ਸਾਰਾ ਆਪਾਂ ਆਪ ਹੀ ਕਰ ਦਿੰਨੇ ਹਾਂਜੀ ਹਾਂ ਟਰੈਕਟਰ ਦੀ ਫਿਟਿੰਗ ਆ ਜਿਹੜੀ ਆਪਾਂ ਆਪ ਕਰਕੇ ਦੇਵਾਂਗੇ ਠੀਕ ਹੈ ਪੂਰਾ ਕੰਪਲੀਟ ਸੈੱਟ ਕਰਕੇ ਦੇਵਾਂਗੇ ਠੀਕ ਹੈ ਕੰਪਲੀਟ ਪੈਕੇਜ ਆ ਵੀ ਤੁਹਾਨੂੰ ਇੱਕ ਥਾਂੋਂ ਬਾਹਲੇ ਥਾਂੇ ਜਾਣ ਦੀ ਲੋੜ ਨਹੀਂ ਵੀ ਕਟਰ ਤੋਂ ਲੈ ਕੇ ਟੋਕਰੀ ਤੱਕ A to Z ਕੰਪਲੀਟ ਮਸ਼ੀਨ ਮਿਲੂ